ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਇੱਥੇ ਮਿਲਿਆ ਸੋਨੇ ਦੇ ਨਾਲ ਭਰਿਆ ਹੋਇਆ ਆਈਸਲੈਂਡ ਸਾਰੀ ਦੁਨੀਆ ਹੋਗੀ ਹੈਰਾਨ ਸੋ ਤਾਜ਼ਾ ਵੱਡੀ ਖਬਰਾਂ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਸ਼ੇਅਰ ਕਰਨਾ ਨਾ ਭੁੱਲਿਓ ਸੋ ਸ਼ੇਅਰ ਕਰਦੇ ਰਿਹਾ ਕਰੋ ਸੋਨੇ ਦੇ ਨਾਲ ਭਰਿਆ ਹੋਇਆ ਆਈਸਲੈਂਡ ਮਿਲਿਆ ਜਿਸ ਦੀ ਸਾਰੀ ਦੁਨੀਆ ਦੇ ਵਿੱਚ ਚਰਚਾ ਹੋ ਗਈ ਹੈ ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਖਬਰ ਇੰਡੋਨੇਸ਼ੀਆ ਤੋਂ ਸਾਹਮਣੇ ਆਈ ਹੈ ਜਿੱਥੇ 700 ਪੁਰਾਣਾ 700 ਸਾਲ ਪੁਰਾਣਾ ਜਿਹੜਾ ਸ਼੍ਰੀ ਵਿਜੇ ਸਮਰਾਜ ਦਾ ਰਾਜ ਮਛੇਰੀਆਂ ਦੀ ਮਿਹਨਤ ਸਦਕਾ ਸਾਹਮਣੇ ਆਇਆ ਜਿਨ੍ਹਾਂ ਦੇ ਵੱਲੋਂ ਕੀਤੀ ਗਈ ਖੋਜ ਦੇ ਅਨੁਸਾਰ ਸਤਕਾ ਇਸ ਟਾਪੂ ਦਾ ਜਿਹੜਾ ਹੁਣ ਪਤਾ ਲੱਗ ਚੁੱਕਾ ਉਸ ਟਾਪੂ ਨੂੰ ਸੋਨੇ ਦਾ ਟਾਪੂ ਕਿਹਾ ਜਾ ਰਿਹਾ ਹੈ ਇਸ ਟਾਪੂ ਦੇ ਬਾਰੇ ਦੱਸਿਆ ਗਿਆ ਹੈ ਕਿ ਇਸ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਸ਼ਾਹੀ ਵੀ ਕਿਹਾ ਜਾਂਦਾ ਸੋ ਦੋਸਤੋ ਸੋਨੇ ਦੇ ਕਿਸ ਤਰ੍ਹਾਂ ਢੇਰ ਵੱਜੇ ਪੈਣੇ ਢੇਗ ਵੱਜੇ ਪੈਣੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਮਸ਼ੇਰਿਆਂ ਦੇ ਵੱਲੋਂ ਮਗਰਮੱਛਾਂ ਦੇ ਨਾਲ ਪਰੀ ਹੋਈ ਮੂਸੀ ਨਦੀ ਦੇ ਵਿੱਚ ਪਿਛਲੇ 5 ਸਾਲਾਂ ਤੋਂ ਖਜ਼ਾਨੇ ਦੀ ਭਾਲ ਕੀਤੀ ਜਾ ਰਹੀ ਸੀ ਸੋ ਨਦੀ ਦਾ ਨਾਮ ਮੂਸੀ ਆ ਮੂਸੀ ਪਿਛਲੇ 5 ਸਾਲਾਂ ਤੋਂ ਇਸ ਖਜ਼ਾਨੇ ਦੀ ਪਾਲ ਜਿਹੜੀ ਕੀਤੀ ਜਾ ਰਹੀ ਸੀ ਮਸ਼ੇਰਿਆਂ ਦੇ ਵੱਲੋਂ ਡੁੰਗਾਈ ਵਿੱਚ ਜਾ ਕੇ ਇਸ ਅਨਮੋਲ ਖਜ਼ਾਨੇ ਦਾ ਪਤਾ ਲਾਇਆ ਗਿਆ ਪ੍ਰਾਪਤ ਹੋਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਇਸ ਜਗ੍ਹਾ ਤੋਂ ਭਗਵਾਨ ਬੁੱਧ ਦੀ ਅਦਭੁਤ ਮੂਰਤੀ ਪ੍ਰਾਪਤ ਹੋਈ ਹੈ ਜੋ ਬਹੁਤ ਖੂਬਸੂਰਤ ਹੈ ਤੇ ਇਸ ਮੂਰਤੀ ਵਿੱਚ ਬਹੁਤ ਸਾਰੇ ਹੀਰੇ ਲੱਗੇ ਹੋਏ ਨੇ ਜਿਸ ਤੇ ਇਹ ਭਗਵਾਨ ਬੁੱਧ ਦੀ ਮੂਰਤੀ ਕਰੋੜਾਂ ਰੁਪਏ ਦੀ ਕੀਮਤ ਦੀ ਦੱਸੀ ਜਾ ਰਹੀ ਉੱਤੇ ਹੀ 8ਵੀਂ ਸਦੀ ਦੀ ਦੱਸੀ ਜਾ ਰਹੀ ਇਸ ਤੋਂ ਇਲਾਵਾ ਇਸ ਜਗ੍ਹਾ ਤੇ ਬਹੁਤ ਸਾਰੇ ਸਿੱਕੇ ਭਗਵਾਨ ਬੁੱਧ ਦੀ ਮੂਰਤੀ ਅਤੇ ਸੋਨੇ ਦੀਆਂ ਮੁੰਦਰੀਆਂ ਵੀ ਪ੍ਰਾਪਤ ਹੋਈਆਂ ਨੇ ਇਹ ਰਾਜ ਦੇਸ਼ ਦੇ ਸੁਮਤਾਰਾ ਖੇਤਰ ਦੇ ਵਿੱਚ ਮਿਲਿਆ ਦੱਸਿਆ ਗਿਆ ਉਸ ਇੱਕ ਵੱਡਾ ਖਜ਼ਾਨਾ ਜਿਹੜਾ ਉੱਥੇ ਮਿਲਿਆ ਹੈ ਧੰਨਵਾਦ